ਜਦੋਂ ਅਸੀਂ ਕੈਨੇਡਾ ਆਉਂਦੇ ਹਾਂ ਤਾਂ ਫਿਰ ਆਪਣੀ ਐਜੂਕੇਸ਼ਨ ਆਪਣੀ ਕੁਆਲਿਫੀਕੇਸ਼ਨ ਆਪਣੇ ਸਾਰੇ ਗੁਣ ਪਿੱਛੇ ਛੱਡ ਆਉਂਦੇ ਹਾਂ ਨਵੇਂ ਸਿਰੇ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਇੱਕ ਲਾਲਸਾ ਸਾਨੂੰ ਕੈਨੇਡਾ ਵੱਲ ਲਿਆਉਂਦੀ ਹੈ ਬਹੁਤ ਪੜ੍ਹੇ ਲਿਖੇ ਲੋਕ ਕੈਨੇਡਾ ਆਏ ਉਹਨਾਂ ਨੇ ਨਵੇਂ ਸਿਰੇ ਤੋਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਅਜਿਹੇ ਵਿੱਚ ਉਹਨਾਂ ਨੂੰ ਕਈ ਅਜਿਹੇ ਕੰਮ ਕਰਨੇ ਪਏ ਜਿਨ੍ਹਾਂ ਲਈ ਸ਼ਾਇਦ ਉਹ ਮਾਨਸਿਕ ਰੂਪ ਵਿੱਚ ਤਿਆਰ ਨਾ ਵੀ ਹੋਣ ਇਹਨਾਂ ਉੱਤੇ ਬਹੁਤ ਕੁਝ ਲਿਖਿਆ ਗਿਆ ਬੜੀਆਂ ਕਵਤਾਵਾਂ ਕਹਾਣੀਆਂ ਰਚਨਾਵਾਂ ਤਿਆਰ ਹੋਈਆਂ ਬਾਪੂ ਕਰਨੈਲ ਸਿੰਘ ਪਾਰਸ ਉਹਨਾਂ ਨੇ ਵੀ ਇਹਦੇ ਉੱਤੇ ਇੱਕ ਰਚਨਾ ਲਿਖੀ ਅੱਜ ਸਾਡੇ ਸਟੂਡੀਓ ਵਿੱਚ ਮਾਸਟਰ ਬਚਿੱਤਰ ਸਿੰਘ ਗਿੱਲ ਜੀ ਫੇਰ ਪਹੁੰਚੇ ਨੇ ਮਾਸਟਰ ਜੀ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਰਿਸ਼ੀ ਜੀ ਮੈਂ ਮਾਸਟਰ ਜੀ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਰਚਨਾ ਵੀ ਇਸੇ ਤਰ੍ਹਾਂ ਦੀ ਹੈ ਸਾਨੂੰ ਅਸੀਂ ਤੁਹਾਡੇ ਕੋਲੋਂ ਸੁਣਨੀ ਚਾਹਾਂਗੇ ਰਿਸ਼ੀ ਜੀ ਮੈਂ ਇਹਦੇ ਬਾਰੇ ਚ ਇੱਕ ਦੱਸਣਾ ਚਾਹੁੰਨਾ ਇਹ ਰਚਨਾ 1999 ਵਿੱਚ ਪਾਰਸ ਜੀ ਦੀ ਇਹ ਰਚਨਾ ਪ੍ਰੀਤ ਲੱਡੀ ਵਰਗੇ ਰਸਾਲੇ ਵਿੱਚ ਛਪੀ ਸੀ ਉੱਥੋਂ ਮੈਂ ਇਹ ਮਤਲਬ ਲਈ ਸੀ ਪਾਰਸ ਜੀ ਦੀ ਜਿਹੜੀ ਰਚਨਾ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਇੰਨੀ ਲੋਕ ਬੋਲੀ ਵਿੱਚ ਹੈ ਤੇ ਇੰਨੀ ਉਹ ਨਿੱਗਰ ਹੈ ਕਿ ਉਹ ਲੋਕਾਂ ਦੇ ਦਿਲਾਂ 'ਚ ਲਹਿ ਜਾਂਦੀ ਆ ਇਹਦੇ 'ਚ ਜਿਹੜੇ ਉਹਦੇ ਪਰਿਵਾਰਕ ਪਾਤਰ ਉਹਨਾਂ ਦਾ ਰਵਈਆ ਤੇ ਜਾਂ ਜਿਹੜਾ ਆਖਰੀ ਫਿਕਰਾ ਮੈਂ ਬੋਲੂਗਾ ਜਿਹਦੇ ਨਾਲ ਉਹ ਵਿਆਹੀ ਸੀ ਜੀ ਉਹਦੇ ਬਾਰੇ ਇਹ ਸਚਾਈ ਦੇ ਬਹੁਤ ਨੇੜੇ ਆ ਤੇ ਸ਼ਾਇਦ ਸੱਚੀ ਗੱਲ ਵੀ ਆ ਜੀ ਤਾਂ ਇਹ ਇਹ ਦੂਜਾ ਜਿਹੜਾ ਹੈਗਾ ਵੀ ਜਿਹੜੇ ਫਾਰਮ ਵਾਲਿਆਂ ਦਾ ਕਰਦਾਰ ਹੈ ਉਹ ਵੀ ਸਾਹਮਣੇ ਆਉਂਦਾ ਇਹਦੇ 'ਚ ਜੀ ਤਾਂ ਇਹ ਇੱਕ ਇੱਕ ਵਾਰ ਮੈਂ ਸਰੀ ਦੇ ਵਿੱਚ ਹੀ ਬੋਲਿਆ ਸੀ ਤੇ ਇੱਕ ਲੜਕੀ ਬਾਅਦ 'ਚ ਮੇਰੇ ਕੋਲੇ ਆ ਕੇ ਕਹਿੰਦੀ ਕਹਿੰਦੀ ਅੰਕਲ ਜੀ ਅੱਖਰ ਅੱਖਰ ਸੱਚ ਆ ਫਿਰ ਉਹਦੇ ਨਾਲ ਬੀਤੀ ਹੋ ਜੀ ਤੇ ਜੇ ਉਹ ਸੱਚ ਨਹੀਂ ਤਾਂ ਸੱਚ ਵਰਗੀ ਆ ਜੀ ਤਾਂ ਉਹਨੂੰ ਬਿਆਨ ਪਾਰਸ ਜੀ ਨੇ ਇਹਨਾਂ ਸ਼ਬਦਾਂ ਵਿੱਚ ਕੀਤਾ ਸਾਇੰਸ ਦੀ ਐਮ ਐ ਬਾਪੂ ਮੀ ਵਿੱਚ 베ਰੀ ਤੋੜਾ ਜੀ ਸਰ ਜਿਉ ਮਾ ਜੀ ਵੀ ਸਿੱਖਣੀਆਂ ਤੇ ਰਵਦਾਸਣੀਆਂ ਦੇ ਟੋਲੇ ਤਿੰਨ ਕਿਲੋ ਦੇਹਾੜੀ ਤੇ ਨਰਮਾ ਚੁਗਦੇ ਥੋਡੇ ਗੋਲੇ ਕੀਤਾ ਸਾਡਾ ਬਸ ਐਸੇ ਤਰ੍ਹਾਂ ਦਾ ਹੈ ਕਰਨਾ ਪੈਂਦਾ ਔਖਾ ਡਾਡਾ ਕੀਤਾ ਸੀ ਟੱਬਰ ਤੇ ਜਾਦੂ ਕੈਨੇਡਾ ਦੇ ਨਾਂ ਨੇ ਕੱਲ ਪਾਰ ਸਮੁੰਦਰਾਂ ਤੋਂ ਲਈਆਂ ਨੇ ਜਿ ਜਣਦੀ ਮਾਂ ਨੇ ਕੱਢ ਕਰੋੜਾਂ ਸਾਇੰਸ ਦੀ ਐਮ ਐ ਮਾਂ ਬਾਪੂਮੀ ਵਿੱਚ 베ਰੀ 도ੜਾਂ ਅੱਧੀ ਉਹਨ ਮਿਹਨਤ ਦੀ ਠੇਕੇਦਾਰ ਵਿਚਾਲਿਓਂ ਮੁੰਨੇ ਤੂੰ ਤੂ ਕੇ ਬਾਹਾਂ ਤੋਂ ਵੈਨ ਚ ਭੇਡਾਂ ਵਾਂਗੂ ਤੁੰਨੇ ਬੁੱਛ ਰਮੂਹਾ ਆ ਘੜਦਾ 4 ਵਜੇ ਰਾਖਸ਼ ਹਰ ਸਰਦਲ ਦਾ ਸੂਹਾ ਕੀੜੇ ਪੈਣ ਵਿਚੋਲੇ ਦੇ ਉਸ ਨੂੰ ਨਵੀਂ ਬਿਮਾਰੀ ਲੱਗੇ ਥੇ ਹੋਵੇ ਜ਼ਾਲਮ ਦਾ ਬਾਬਿਆਂ ਦੀ ਮੂਰਤ ਦੇ ਅੱਗੇ ਦੋ ਹੱਥ ਜੋੜਾਂ ਸਾਇੰਸ ਦੀ ਐਮ ਐ ਮੈਂ ਧਵਾ ਭੂਮੀ ਵਿੱਚ 베ਰੀ ਤੋੜਾਂ ਆਦ ਨੰਗੇ ਗਿੱਟਿਆਂ ਨੂੰ ਬੜ ਬੜ ਖਾਣ ਜ਼ਹਿਰ ਦੇ ਕੀੜੇ ਆਦ ਨੰਗੇ ਗਿੱਟਿਆਂ ਨੂੰ ਬੜ ਬੜ ਖਾਣ ਜ਼ਰੀਲੇ ਕੀੜੇ ਬੜ ਦਾ ਦੇ ਚੁੱਲਾਂ ਤੋਂ ਮੋٹے ਪੌਣੇ ਪੈਂਦੇ ਲੀੜੇ ਮੇਰੀ ਬੌੜੀ ਹਰ ਟੰਬੇ ਮੌਤ ਖੜੀ ਐਪਲ ਤੋੜਨਾ ਚੜਕੇ ਪੌੜੀ ਦਿਨ ਕਿਸੇ ਕਿਸੇ ਮਿਲਦਾ ਲੈਣਾ ਸਾ ਸੌਖਾ ਨਾ ਮਾਤਰ ਥਾ ਆਪਣੇ ਮੁੜਕੇ ਦੀ ਸੋਹਰਿਆਂ ਦੇ ਟੱਬਰ ਦੀ ਖਾਤਰ ਖੂਨ ਨਚੋੜਾਂ ਸਾਇੰਸ ਦੀ ਐਮ ਐ ਮੈਂ ਬਾਪੂਮੀ ਵਿੱਚ 베ਰੀ ਤੋੜਾਂ ਅੱਗ ਵਰਦੀ ਹਾੜਾਂ ਨੂੰ ਸ਼ਬਕਲ ਸ਼ਬਕਲ ਸੌਣ ਮਹੀਨੇ ਗਾਂ ਗੱਡੇ ਜੋੜੀਆਂ ਰੁਲਦੇ ਗਾਰੇ ਵਿੱਚ ਨਗਿਨੇ ਤੱਕੇ ਖਾਂਦੇ ਸ਼ਾਮੀ ਘਰ ਮੁੜਦਿਆਂ ਦੇ ਹੁਲੀਏ ਬਦਲ ਬਾਬਲਾ ਜਾਂਦੇ ਜੋ ਸਾਲਾ ਲੈਣੇ ਨਾ ਸਿਰ ਤੇ ਚੜੇ ਕਰਜ਼ ਦੇ ਗੱਡੇ ਕਰ ਰਹੀ ਪੂਰੀਆਂ ਮੈਂ ਕੱਲੀ ਚਮਸ ਕਾ ਕੇ ਵੱਡੇ ਕਰਦੀਆਂ ਲੋੜਾਂ ਸਾਇੰਸ ਦੀ ਐਮ ਐ ਮੈਂ ਬਾਪੂਮੀ ਵਿੱਚ 베ਰੀ ਤੋੜਾਂ ਖੇਤਾਂ ਦੇ ਮਾਲਕ ਦੀ ਤੀਵੀਂ ਫਿਰਦੀ ਪਿੱਛੇ ਅੱਗੇ ਵਿੱਚ ਛੋਟੇ ਭਾਂਡੇ ਦੇ ਵਸਤੂ ਪਈ ਜਿਆਦਾ ਲੱਗੇ ਬੜ ਕੇ ਢੱਟੀ ਜਦ 부ਜੀ ਜ਼ਮੀਰ ਰਹੇ ਖੂ ਵਿੱਚ ਪਏ ਐ ਹੋ ਜੀ ਖੱਟੀ ਜੀਵਨ ਦੀ ਪੁਥੀ ਦੇ ਖਾਗੀ ਸ਼ੌਕ ਸਨੇਰੀ ਵਰਕੇ ਟੀਵੀ ਤੇ ਫਰਿਜ ਦੀਆਂ ਡਾਲਰ ਡਾਲਰ ਬਚਤ ਕਰਕੇ ਕਸ਼ਤਾ ਮੋੜਾਂ ਸਾਇੰਸ ਦੀ ਐਮ ਐਮ ਬਾਪੂ ਮੀ ਵਿੱਚ 베ਰੀ ਤੋੜਾਂ ਪੁੱਤ ਫਾਰਮ ਵਾਲੇ ਦਾ ਠਿੱਠਾ ਮੰਗ ਝਾਕਦਾ ਟੇਡਾ ਮੈਂ ਦੋਜਕ ਭਰਦੀ ਆ ਥੋੜੇ ਭਾ ਦਾ ਸੁਰਗ ਕੈਨੇਡਾ ਧਰਤੀ ਉੱਤੇ ਬਸ ਐਸ਼ਾ ਕਰਦੇ ਨੇ ਇੱਥੇ ਸਿਰਫ ਬਿੱਲੀਆਂ ਕੁੱਤੇ ਜਿਸ ਚੰਦਰੇ ਲੇਖ ਲਿਖੇ ਦੁਖੀ ਦੀ ਉਂਗਲ ਤੇ ਚੜ ਕੇ ਟਕਰੇ ਬਦਮਾਤਾ ਜੇ ਬੈਤਲ ਨੂੰ ਗਿੱਚੀ ਤੋਂ ਫੜ ਕੇ ਧੌਣ ਮਰੋੜਾਂ ਚਾਂਦ ਦੀ ਏਮੇ ਬਾਪੂਮੀ ਵਿੱਚ 베ਰੀ ਤੋੜਾਂ ਗਟ ਪੀ ਕੇ ਕੋੜਮ ਤੇਰਾ 100 100 ਮੰਨ ਦੇ ਗੋਲੇ ਛੱਡੇ ਸਸ ਖਖਰ ਖਾਦੀ ਜੀ ਗਟਕਾ ਪੜਦੀ ਪੜਦੀ ਕੱਢੇ ਗਾਲ ਅਵੱਲੀ ਸੌ ਚੂਹਾ ਖਾ ਕੇ ਤੇ ਬੁੱਢੀ ਬਿੱਲੀ ਹਜ ਨੂੰ ਚੱਲੀ ਪਾੜੀ ਮਜ਼ਦੂਰਾਂ ਨੂੰ ਰੱਖ ਦੇ ਡਾਲਰ ਦੇ ਵਣਜਾਰੇ ਸਭ ਆਦਮ ਖੋਰਾ ਨੂੰ ਕਰਦਾ ਚਿੱਤ ਸਮੁੰਦਰ ਖਾਰੇ ਦੇ ਵਿੱਚ ਰੋਣਾ ਸਾਇੰਸ ਦੀ ਐਮ ਐਮ ਬਾਪੂ ਮੀ ਵਿੱਚ 베ਰੀ ਤੋੜਾਂ ਦੋ ਵਾਰ ਤਲਾਕਿਆ ਵਾ ਦੋ ਵਾਰ ਤਲਾਕਿਆ ਵਾ ਟੋळ्या ਤੁਸੀਂ ਜੋ ਆਈਂ ਛਿੰਦਾ ਯੂਨੀਅਨ ਵਾਲਿਆਂ ਦਾ ਭੁੱਲ ਕੇ ਨਾਮ ਲੈਣ ਨੀ ਦਿੰਦਾ ਉਲਟਾ ਪੰਡੇ ਹੱਕਾਂ ਲਈ ਲੜਦਿਆਂ ਨੂੰ ਦੱਸਦਾ ਹੈ ਵੇਲੜ ਮਛਟੰਡੇ ਮੇਰਾ ਹੱਥ ਮੰਗਿਆ ਸੀ ਜਿਸਨੇ ਪਾਪ ਫਰਮਈਸ਼ਾਂ ਤੈਨੂੰ ਪ੍ਰੋਫੈਸਰ 파ਰਸ ਦੇ ਘਰ ਵਿੱਚ ਦੱਸ ਪਿਤਾ ਜੀ ਮੈਨੂੰ ਕੀ ਸੀ ਥੋੜਾ ਕੀ ਸੀ ਥੋੜਾ ਐਸ ਦੀ ਐਮ ਐ ਬਾਪੂਮੀ ਵਿੱਚ 베ਰੀ ਤੋੜਾਂ ਵਰਦੇਮੀ ਵਿੱਚ 베ਰੀ ਤੋੜਾਂ ਜੀ ਮਾਸਤ ਜੀ ਬਹੁਤ ਮਿਹਰਬਾਨੀ ਬਹੁਤ ਦੁਖਾਂਤ ਇੱਕ ਬਾਪਰੇ ਇਸ ਦੁਖਾਂਤ ਨੂੰ ਤੁਸੀਂ ਜਿਸ ਢੰਗ ਨਾਲ ਪੇਸ਼ ਕੀਤਾ ਹੈ ਔਰ ਕਰਨਲ ਸਿੰਘ ਪਿਆਰੇ ਸੋਹਣਾ ਨੇ ਲਿਖਿਆ ਹੈ ਜੀ ਜੀ ਪਰ ਇਹਦੇ ਵਿੱਚ ਇੱਕ ਮੇਰਾ ਸਵਾਲ ਆ ਕਿ ਐਮ ਐਸ ਸੀ ਕਿਉਂ ਕਿਹਾ ਐਮ ਐ ਕਿਉਂ ਕਿਹਾ ਸਾਇੰਸ ਦੀ ऋषि जी देखो ਜਿਹੜਾ ਜਦੋਂ ਜਿਹੜੀ ਕਵੀਸ਼ਰੀ ਹੈ ਨਾ ਜੀ ਇਹ ਆਮ ਤੌਰ ਤੇ ਪਹਿਲਾਂ ਸਧਾਰਨ ਲੋਕਾਂ ਦੇ ਵਿੱਚ ਸੱਥਾਂ ਦੇ ਵਿੱਚ ਗਾਈ ਜਾਂਦੀ ਸੀ ਜੀ ਤਾਂ ਲੋਕਾਂ ਦੀ ਜਦੋਂ ਇਹ ਡਿਗਰੀਆਂ ਆਉਣ ਲੱਗੀਆਂ ਤਾਂ ਲੋਕਾਂ ਨੂੰ ਅ ਇਸ ਤਰ੍ਹਾਂ ਪੂਰਾ ਪਤਾ ਨਹੀਂ ਸੀ ਲੱਗਦਾ ਉਹ ਜਿਵੇਂ ਬੀਏ ਨੂੰ 14 ਜਮਾਤਾਂ ਕਹਿੰਦੇ ਸੀ ਪਾਸ ਹੈ ਸਾਡਾ ਮੁੰਡਾ ਜਾਂ ਐਮਏ ਨੂੰ ਕਹਿੰਦੇ ਸੀ ਫਲਾਨਿਆਂ ਦਾ ਮੁੰਡਾ 16 ਜਮਾਤਾਂ ਪਾਸ ਹੈ ਇਸੇ ਤਰ੍ਹਾਂ ਫਲਾਨਿਆਂ ਦੀ ਕੁੜੀ ਐਮਐਸਸੀ ਕਹਿਣਾ ਨਹੀਂ ਸੀ ਆਉਂਦਾ ਉਹ ਫਿਰ ਇਹ ਸਮਝਦੇ ਸੀ ਵੀ ਉਹਨੇ ਸਾਇੰਸ ਦੀਆਂ 16 ਪੜ੍ਹੀਆਂ ਤੇ ਪਾਰਸ ਜੀ ਨੇ ਲੋਕਾਂ ਦੀ ਬੋਲੀ ਵਿੱਚ ਇਹਨੂੰ ਬਦਲ ਕੇ ਸਾਇੰਸ ਦੀ ਐਮਏ ਕਹਿਤਾ ਜੀ ਜੀ ਔਰ ਦੇਖੋ ਤੁਸੀਂ ਜਿਵੇਂ ਐਮਏ ਇੰਗਲਿਸ਼ ਐਮਏ ਮੈਥ ਐਮ ਇਕਨੋਮਿਕਸ ਐਨੇ ਪੋਲੀਟੀਕਲ ਸਾਇੰਸ ਐਮ ਐ ਤਾਂ ਐਸੇ ਤਰ੍ਹਾਂ ਹੀ ਇਹ ਸਾਇੰਸ ਦੀ ਐਮ ਐ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਬਾਕੀ ਐਮ ਐ ਵਾਲੇ ਸਾਇੰਟਿਸਟ ਨਹੀਂ ਬਣ ਸਕਦੇ ਤੇ ਐਮ ਐਸ ਸੀ ਕਰਨ ਵਾਲਾ ਸਾਇੰਸ ਦੀ ਐਮ ਐ ਕਰਨ ਵਾਲਾ ਉਹ ਕਿਸੇ ਦਿਨ ਸਾਇੰਟਿਸਟ ਵੀ ਬਣ ਸਕਦਾ ਉਹ ਹੁੰਦਾ ਹੀ ਸਾਇੰਟਿਸਟ ਹੈ ਤਾਂ ਇਸ ਕਰਕੇ ਇਹਨੂੰ ਬਦਲ ਕੇ ਕਈਆਂ ਨੇ ਉਹ ਵੀ ਕੀਤਾ ਲਿਖਣ ਵਿੱਚ ਵੀ ਬੋਲਣ ਵਿੱਚ ਵੀ ਇੰਗਲਿਸ਼ ਦੀ ਐਮ ਐ ਪਰ ਮੈਂ ਕਹਿੰਦਾ ਵੀ ਪਾਰਸਜੀ ਦੇ ਸ਼ਬਦਾਂ ਵਿੱਚ ਜਿੰਨੀ ਸਾਇੰਸ ਦੀ ਐਮ ਐ ਟੁਕਦੀ ਆ ਔਰ ਹੋਰ ਨਹੀਂ ਰੁਕਦੀ। ਇਹੀ ਕਾਰਨ ਆ ਉਹਦਾ ਕਿ ਸਾਇੰਸ ਦੀਆਂ 16 ਜਮਾਤਾਂ ਪੜੀ ਕੁੜੀ ਨੂੰ ਉਹਨੇ ਸਾਇੰਸ ਦੀ ਐਮਏ ਕਹਿ ਕੇ ਲੋਕਾਂ ਦੀ ਬੋਲੀ ਵਿੱਚ ਲੋਕਾਂ ਨੂੰ ਸਮਝਾਇਆ। ਜੀ। ਅ ਮਾਸਟਰ ਜੀ ਸਾਡੇ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਰਿਸ਼ੀ ਜੀ ਬੁਲਾਉਣ ਲਈ ਤੁਹਾਡਾ। ਥੈਂਕ ਯੂ।